हां जी प्यारे विद्यार्थियों फिर तो ਤੁਹਾਡਾ ਸਵਾਗਤ ਹੈ এডুকেਸ਼ਨ ਸਿੰਪਲੀਫਾਈਡ ਬਾਏ OECD ਚੈਨਲ ਦੇ ਉੱਪਰ ਸੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇੱਕ ਹੋਰ ਅਪਡੇਟ ਜਾਰੀ ਹੋਈ ਹੈ ਤਾਂ ਇੱਕ ਨੋਟੀਫਿਕੇਸ਼ਨ ਅਪਲੋਡ ਕੀਤਾ ਗਿਆ ਹੈ ਵੈਬਸਾਈਟ ਦੇ ਉੱਪਰ ਤਾਂ ਇਹ ਨੋਟੀਫਿਕੇਸ਼ਨ ਹੈ ਤੁਹਾਡਾ ਇੱਕ ਐਗਜ਼ਾਮ ਦੇ ਬਾਰੇ ਜੋ ਐਗਜ਼ਾਮ ਤੁਹਾਡਾ ਸਟਾਫ ਨਰਸ ਦੀਆਂ ਪੋਸਟਾਂ ਦੇ ਲਈ 120 ਪੋਸਟਾਂ ਲਈ ਹੋਣ ਵਾਲਾ ਸੀ ਜਿਸ ਨੂੰ ਕਿਸੇ ਤਕਨੀਕੀ ਕਾਰਨ ਕਰਕੇ ਕੈਨਸਲ ਕਰ ਦਿੱਤਾ ਗਿਆ ਸੀ ਤਾਂ ਉਹ ਐਗਜ਼ਾਮ ਤੁਹਾਡਾ ਹੁਣ ਤੋ 12 ਤੋ ਜਿਹੜਾ ਹੈਗਾ ਲਿਆ ਜਾਣਾ ਹੈ ਜਿਸ ਦੀ ਡੇਟ ਨਿਰਧਾਰਤ ਕੀਤੀ ਗਈ ਹੈ 17 ਅਕਤੂਬਰ 2024 ਠੀਕ ਹੈ ਜੀ 17 ਅਕਤੂਬਰ 2024 ਨੂੰ ਪੇਪਰ ਤੁਹਾਡਾ ਲਿਆ ਜਾਵੇਗਾ ਆਨਲਾਈਨ ਪੇਪਰ ਹੋਵੇਗਾ ਸੀਬੀਟੀ ਸੀਬੀ ਟੂਪਾ ਬੋਲਦਾ ਕੰਪਿਊਟਰ ਬੇਸ ਟੈਸਟ ਠੀਕ ਹੈ ਸੋ ਕੰਪਿਊਟਰ ਬੇਸ ਟੈਸਟ ਦੇ ਲਈ ਤੁਸੀਂ ਅਗਰ ਚਾਹੋ ਤਾਂ ਮੈਂ ਤੁਹਾਨੂੰ ਇੱਕ ਮੌਕ ਟੈਸਟ ਜਿਹੜਾ ਹੈਗਾ ਉਹ ਉਪਲਬਧ ਕਰਵਾ ਸਕਦਾ ਹਾਂ ਉਹਦੇ ਲਈ ਤੁਸੀਂ ਕਮੈਂਟ ਬਾਕਸ ਤੇ ਮੈਂਸ਼ਨ ਕਰਨਾ ਹੈ अगर तुम चाहो तो थानू कंपलीट ऑनलाइन मोड ज समझ आ जाएगा भी आप किमें करना होंगे गा ठीक है तो थोड़ा ऐप के उपर टैसट मिल जाएगा जो कि फ्री ऑफ कॉस्ट होगा सो पेपर के नब्बे क्वेश्चन पूछे जाएंगे थोड़े तो, तो नर्सिंग के पाँ क्वेश्चन पूछे पंजाबी भाषा के ठीक है जी तो टोटल एक सौ चाली मार्क्स का पेपर होगा दो घंटे तीह मिनट का समा होगा बहुत ही टॉप कलासा इंग्लिश दोनों भाषा च स्टडी मटीरियल दे लिए भी तीन संपर्क कर सकते हो सिर्फ वट्सअप मैसेज या कॉल करनी है अठानवे सत्त सौ त्रेंट कहत्तर सत्त सौ अठासी के उपर सो उमीदार जानकारी चंकी लगेगी हर एक शेयर करना तो सबसक्राइब करना बिल्कुल भी ना भूलो थैंक यू थैंक्स फॉर वॉचिंग